ਸਬਸਕ੍ਰਾਈਬ ਕਰੋ MS ਲਾਈਵ TV ਚੈਨਲ ਨੂੰ ਅਤੇ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਬੈੱਲ ਦੇ ਆਈਕਨ 'ਤੇ ਕਲਿੱਕ ਕਰੋ। ਖਾਦਮਾ ਤਾਈ ਹੈ ਪੀਰੀ ਮਿਲ ਗਈ, ਜਿਹਨੇ ਮੰਗੀ ਅਮੀਰੀ ਅਮੀਰੀ ਮਿਲ ਗਈ, ਜਿਹਨੇ ਮੰਗੀ ਫਕੀਰੀ ਫਕੀਰੀ ਮਿਲ ਗਈ, ਜਿਹਨੇ ਮੰਗੀ ਅਮੀਰੀ ਅਮੀਰੀ ਮਿਲ ਗਈ, ਮੰਗੀ ਫਕੀਰੀ ਫਕੀਰੀ ਮਿਲ ਗਈ। ਉਹ ਰਿਹਾ ਹੋਇਆ ਜੱਗ ਦੀ ਕੈਦ ਵਿੱਚੋਂ,
ਉਹਦੀ ਜ਼ੁਲਫ ਦੀ ਜੀਨੂੰ ਅਸੀਰੀ ਮਿਲ ਗਈ, ਬਣਿਆ ਦੁਨੀਆ ਦਾ ਸ਼ਹਿਨਸ਼ਾਹ ਲੋਕੋ, ਮੇਰੇ ਨਬੀ ਦੀ ਜੀਨੂੰ ਫਕੀਰੀ ਮਿਲ ਗਈ, ਬਣਿਆ ਦੁਨੀਆ ਦਾ ਸ਼ਹਿਨਸ਼ਾਹ ਲੋਕੋ, ਮੇਰੇ ਨਬੀ ਦੀ ਜੀਨੂੰ ਫਕੀਰੀ ਮਿਲ ਗਈ। ਹਰ ਕੋਈ ਆਪਣਾ ਯਾਰ ਮਨਾਵੇ ਤੇ ਆਪਣਾ ਮਨ ਪਰਚਾਵੇ, ਕਿਸੇ ਦਾ ਸਜਦਾ ਕੇਚ ਦੇ ਵੱਲੇ, ਕੋਈ ਹੀਰ ਦਾ ਚਾਕ ਸਾਦਾ, ਕਿਸੇ ਦਾ ਸਜਦਾ ਕੇਚ ਦੇ ਵੱਲੇ, ਚਾਕ ਸਦਾ ਕਿਸੇ ਦਾ ਸਜਦਾ ਸ਼ੀਰੀ ਦਾਦਰ ਓਈ ਲੈਲਾ ਦੇ ਗੁਣ ਗਾਵੇ, ਆਜ਼ਮ ਸਾਡਾ ਸਜਦਾ ਉੱਥੇ ਜਿੱਥੇ ਕਾਬਾ ਵੀ ਝੁਕ ਜਾ, ਆਜ਼ਮ ਸਾਡਾ ਸਜਦਾ ਉੱਥੇ ਜਿੱਥੇ ਕਾਬਾ ਵੀ ਝੁਕ ਜਾ। ਇਹ ਜਿਹੜੀ ਅੱਜ ਮਹਿਫਲ ਸਜੀ ਹੈ, ਇਹ ਕੋਈ ਨਵੀਂ ਮਹਿਫਲ ਨਹੀਂ ਕਿ ਅੱਜ ਹੀ ਮਹਿਫਲ ਸਜੀ ਹੈ, ਇਹ ਤੇ ਉਹ ਮਹਿਫਲ ਹੈ ਜਿਹੜੀ ਮਹਿਫਲ ਅਰਸ਼ਾਂ ਤੋਂ ਸਜਦੀ ਆਈ ਹੈ, ਰੱਬ ਦੇ ਘਰ ਤੋਂ ਸਜਦੀ ਆਈ ਹੈ ਮਹਿਫਲ, ਤਾਂ ਇਹ ਮਹਿਫਲਾਂ ਸਜੀਆਂ। ਕੀ ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਕੀਤਾ ਯਾਰ ਨੇ ਇੱਕ ਯਾਰ ਵਾਸਤੇ, ਰੱਬ ਮਹਿਫਲਾਂ ਸਜਾਈਆਂ ਨੇ ਸਰਕਾਰ 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 ਵਾਸਤੇ, ਸਰਕਾਰ ਵਾਸਤੇ ਮਹਿਫਲਾਂ ਸਜਾਈਆਂ ਨੇ ਸਰਕਾਰ ਵਾਸਤੇ, ਸਜਾਈਆਂ ਨੇ ਸਰਕਾਰ ਵਾਸਤੇ।
ਰਾਤ ਨਖਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਹੈ, ਰਾਤ ਨਖਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਹੈ, ਉਸ ਰਾਤ ਨਖਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਅਰਸ਼ ਸਜਾਇਆ ਰਾਤ ਨਖਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਅਰਸ਼ ਸਜਾਇਆ ਰਾਤ ਨਖਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਹੈ, ਰਾਤ ਨਖਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਹੈ, ਸਵਾਦ ਦਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ, ਇਸ ਰਾਤ ਦੇ ਤਾਰੇ ਇਸ ਰਾਤ ਦੇ ਤਾਰੇ ਇਸ ਰਾਤ ਦੇ ਤਾਰੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ, ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ, ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ, ਦਿਨ ਯਾਦ ਲਈ ਬੜਾ ਤਾਰੀਖ ਲਈ ਸੁਬਾ, ਅੱਖਾਂ ਬਣਾਈਆਂ ਸੋਹਣੇ ਦੇ ਦੀਦਾਰ ਵਾਸਤੇ, 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 ਮੇਰੀ ਸਰਕਾਰ ਵਾਸਤੇ, ਸਰਕਾਰ ਵਾਸਤੇ ਮੇਰੀ ਸਰਕਾਰ, ਮੇਰੀ ਸਰਕਾਰ ਵਾਸਤੇ, 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 ਇੱਥੇ ਆਪਾਂ ਜੈਕਾਰੇ ਵੀ ਲਾ ਸਕਦੇ ਹਾਂ ਅਤੇ ਤਾੜੀਆਂ ਵੀ ਵਜਾ ਸਕਦੇ ਹਾਂ। ਹਾਂਜੀ, ਕੱਲ੍ਹ ਮੈਂ ਮੰਨਦਾ ਕਿ ਕੱਲ੍ਹ ਮਰਿਆਦਾ ਐਸੀ ਸੀ, ਮਰਿਆਦਾ ਇੱਥੇ ਵੀ ਹੈ, ਇਹ ਨਹੀਂ ਗੱਲ ਕਿ ਇੱਥੇ ਮਰਿਆਦਾ ਨਹੀਂ ਹੈ,
ਤੇ ਪਰ ਥੋੜਾ ਜਿਹਾ ਫਰਕ ਹੈ, ਇਸ ਕਰਕੇ ਤੁਸੀਂ ਖੁੱਲ ਕੇ ਤਾੜੀਆਂ ਵਜਾ ਸਕਦੇ ਹੋ ਰਾਜਾ ਸਾਹਿਬ ਦੇ ਨਾਮ ਤੇ, ਲਾਲਾ ਵਾਲੀ ਸਰਕਾਰ ਦੇ ਨਾਮ ਤੇ ਖੁੱਲ ਕੇ ਤਾੜੀਆਂ ਆਹ ਪਿੱਛੇ ਤੱਕ ਗੂੰਜ ਪੈਣੀ ਚਾਹੀਦੀ, ਜਿੰਨੀ ਸੰਗਤ ਬੈਠੀ ਇੱਕ ਵਾਰੀ ਜ਼ੋਰ ਨਾਲ ਤਾੜੀਆਂ।